ਵੇ ਉਧਰ ਵੇ ਲੜਾਈ ਹੋਵੇ ਲੜਦੇ ਹੋਵੇ ਤੁਹਾਡੀ ਲੜ ਪਏ। ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਅੱਜ ਆਪਾਂ ਤੁਹਾਨੂੰ ਇੱਕ ਅਜਿਹਾ ਮੰਦਿਰ ਦਿਖਾਉਣ ਜਾ ਰਹੇ ਹਾਂ ਜਿੱਥੇ ਕਹਿੰਦੇ ਨੇ 25,000 ਚੂਹਾ ਰਹਿੰਦਾ ਹੈ, ਅਤੇ ਅੱਜ ਆਪਾਂ ਵੀ ਇੱਥੇ ਆਏ ਹਾਂ ਅਤੇ ਤੁਹਾਨੂੰ ਦੱਸਾਂਗੇ ਕਿ ਸੱਚਮੁੱਚ ਇੱਥੇ ਚੂਹੇ ਰਹਿੰਦੇ ਨੇ, ਕਿ ਸੱਚੀ ਲੋਕ ਉਹਨਾਂ ਦਾ ਜੂਠਾ ਪ੍ਰਸਾਦ ਖਾਂਦੇ ਨੇ, ਅਤੇ ਇਹ ਮੰਦਿਰ ਕਿੱਥੇ ਆ ਅਤੇ ਇਹਦਾ ਇਤਿਹਾਸ ਕੀ ਆ, ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਆਹ ਦੇਖੋ ਜੀ, ਜਿੱਥੇ ਅਸੀਂ ਬੂਟ ਜਮ੍ਹਾਂ ਕਰਵਾਉਣੇ ਸੀ ਨਾ, ਉੱਥੇ ਹੀ ਚੂਹੇ ਦੇਖ ਲਏ। ਦੇਖੋ ਕਿਵੇਂ ਘੁੰਮਦੇ ਪਏ ਨੇ ਇੱਥੇ ਚੂਹੇ। ਫਿਰ ਇੱਥੇ ਅੱਗੇ ਜਿੱਥੇ ਪ੍ਰਸਾਦ ਮਿਲਦਾ ਹੈ, ਉੱਥੇ ਸਾਰੀਆਂ ਦੁਕਾਨਾਂ 'ਤੇ ਚੂਹੇ ਹੀ ਚੂਹੇ ਨੇ, ਤੁਸੀਂ ਦੇਖ ਸਕਦੇ ਹੋ ਸਾਹਮਣੇ ਨਿੱਕੇ ਨਿੱਕੇ ਚੂਹੇ। ਸੋ ਫਿਰ ਆਪਾਂ ਇੱਥੋਂ ਅੱਗੇ ਵਧੇ ਅਤੇ ਆਪਾਂ ਹੁਣ ਮੱਥਾ ਟੇਕਣ ਚੱਲੇ ਹਾਂ। ਜਿੱਥੇ ਇਸ ਮੰਦਰ 'ਚ ਚੂਹੇ ਰਹਿੰਦੇ ਨੇ, ਉੱਥੇ ਕਬੂਤਰ ਵੀ ਬਹੁਤ ਹੀ ਜ਼ਿਆਦਾ ਰਹਿੰਦੇ ਨੇ। ਆਓ ਲੈ ਚੱਲਦੇ ਹਾਂ ਤੁਹਾਨੂੰ ਅੰਦਰ। ਲਓ ਜੀ, ਇਹ ਆ ਐਂਟਰੀ ਪੁਆਇੰਟ। ਆਹ ਦੇਖੋ ਜੀ, ਚੂਹੇ ਹੀ ਚੂਹੇ। ਆਹ ਦਰਵਾਜ਼ੇ ਵਿੱਚ ਦੇਖੋ ਕਿੰਨੇ ਚੂਹੇ ਆ, ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ। ਇੱਧਰ ਸਾਈਡ 'ਤੇ ਚੂਹੇ ਪ੍ਰਸਾਦ ਖਾ ਰਹੇ ਨੇ, ਅਤੇ ਉਹ ਅੱਗੇ ਪਾਣੀ ਪੀ ਰਹੇ ਨੇ। ਬਿਲਕੁਲ ਸਹੀ ਆ ਜੀ, ਇੱਥੇ ਕਾਫੀ ਚੂਹੇ ਆ। ਦੇਖੋ ਕਿਵੇਂ ਪਾਣੀ ਪੀ ਰਹੇ ਨੇ, ਵੇਖੋ। ਕਈ ਵਿਚਾਰੇ ਸੁੱਤੇ ਨੇ। ਕਹਿ ਸਕਦੇ ਹਾਂ ਵੀ ਇੱਥੇ ਪੈਰ ਵੀ ਸਾਨੂੰ ਪੂਰਾ ਧਿਆਨ ਨਾਲ ਰੱਖਣਾ ਪੈਂਦਾ ਵੀ ਪੈਰ ਥੱਲੇ ਚੂਹਾ ਨਾ ਆ ਜਾਵੇ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਤੁਹਾਨੂੰ ਅਜੇ ਅੰਦਰ ਜਾ ਕੇ ਦਿਖਾਉਣਾ ਵੀ ਅੰਦਰ ਕਿੰਨੇ ਕੁ ਚੂਹੇ ਆ ਅਤੇ ਕੀ ਕਰਦੇ ਪਏ ਆ। ਆਹ ਦੇਖੋ ਵੀ ਇੱਥੇ ਚੂਹਿਆਂ ਨੂੰ ਕਿੰਨੀ ਸੋਹਣੀ ਜ਼ਿੰਦਗੀ ਮਿਲੀ ਆ, ਕਿਵੇਂ ਖੇਡਦੇ ਪਏ ਆ ਇੱਥੇ। ਹੁਣ ਅਸੀਂ ਮੰਦਰ ਦੇ ਅੰਦਰ ਚੱਲੇ ਹਾਂ ਜਿੱਥੇ ਮੱਥਾ ਟੇਕਦੇ ਆ, ਅਤੇ ਚਾਰੇ ਪਾਸੇ ਚੂਹੇ ਹੀ ਚੂਹੇ ਦੇਖਦੇ ਪਏ ਆ, ਸੋ ਸਾਨੂੰ ਪੈਰ ਵੀ ਧਿਆਨ ਨਾਲ ਰੱਖਣਾ ਚਾਹੀਦਾ ਹੈ। ਦੇਖੋ ਇਸ ਮੰਦਰ 'ਚ ਸਾਹਮਣੇ ਚੂਹੇ ਕਿੱਦਾਂ ਦੁੱਧ ਪੀ ਰਹੇ ਆ। ਤੁਸੀਂ ਜਾਣਦੇ ਹੋ ਵੀ ਘਰਾਂ 'ਚ ਲੋਕ ਚੂਹਿਆਂ ਨੂੰ ਮਾਰ ਦਿੰਦੇ ਨੇ, ਪੈਲੀਆਂ 'ਚ ਮਾਰ ਦਿੰਦੇ ਨੇ, ਪਰ ਇੱਥੇ ਚੂਹਿਆਂ ਨੂੰ ਪੂਰੀ ਜ਼ਿੰਦਗੀ ਮਿਲੀ ਹੋਈ ਆ। ਲੋਕ ਇਹਨਾਂ ਦੀ ਪੂਜਾ ਕਰਦੇ ਨੇ, ਇਹਨਾਂ ਨੂੰ ਖਾਣ ਨੂੰ ਕਈ ਚੀਜ਼ਾਂ ਪਾਉਂਦੇ ਨੇ। ਆਹ ਦੇਖੋ ਕਿੰਨਾ ਸਾਰਾ ਦੁੱਧ ਆ, ਅਤੇ ਆਹ ਚਾਰ ਜਣੇ ਪੀ ਰਹੇ ਆ। ਆਹ ਵੇਖੋ ਥੱਲਿਓ ਨਿਕਲ ਨਿਕਲ, ਹਰ ਪਾਸੇ ਚੂਹੇ ਹੀ ਚੂਹੇ ਆ ਯਾਰੋ। ਮੰਦਿਰ ਦਾ ਨਾਮ ਆ ਕਰਨੀ ਮਾਤਾ ਮੰਦਿਰ, ਜਿਹੜਾ ਰਾਜਸਥਾਨ ਦੇ ਬੀਕਾਨੇਰ 'ਚ ਪੈਂਦਾ ਹੈ। ਜੀ ਹਾਂ, ਬੀਕਾਨੇਰ ਤੋਂ ਤਕਰੀਬਨ 30-31 ਕਿਲੋਮੀਟਰ ਸ਼ਹਿਰ ਪੈਂਦਾ ਦੇਸਨੋਕ, ਜਿੱਥੇ ਇਹ ਮੰਦਿਰ ਆ। ਆਹ ਦੇਖੋ ਵੀ ਕਿਵੇਂ ਇਹਨਾਂ ਨੂੰ ਕਿੰਨੀ ਖੁਰਾਕ ਪਾਈ ਹੋਈ ਆ, ਆਪਣੀ ਮਰਜ਼ੀ ਨਾਲ ਖਾਂਦੇ ਨੇ, ਪੀਂਦੇ ਨੇ, ਸੌਂਦੇ ਨੇ। ਇੱਥੇ ਇਹਨਾਂ ਨੂੰ ਚੂਹੇ ਨਹੀਂ ਕਹਿੰਦੇ, ਇੱਥੇ ਇਹਨਾਂ ਨੂੰ ਕਾਬੇ ਕਿਹਾ ਜਾਂਦਾ ਹੈ। ਜੀ ਹਾਂ, ਇਹਨਾਂ ਨੂੰ ਕਾਬੇ ਕਹਿ ਕੇ ਬੁਲਾਇਆ ਜਾਂਦਾ ਹੈ ਇੱਥੇ, ਅਤੇ ਤਕਰੀਬਨ 25,000 ਕਾਬੇ ਨੇ ਇੱਥੇ, ਅਤੇ ਲੋਕ ਇਹਨਾਂ ਦੀ ਪੂਜਾ ਕਰਦੇ ਨੇ। ਕਿਹਾ ਜਾਂਦਾ ਹੈ ਕਿ ਇਹ ਸਾਰੇ ਹੀ ਕਾਬੇ ਮਾਤਾ ਦੇ ਬੱਚੇ ਆ। ਯਾਰੋ ਕਹਿੰਦੇ ਨੇ ਵੀ ਮਾਤਾ ਜੀ ਦਾ ਕੋਈ ਬੱਚਾ ਸੀਗਾ ਹੀ, ਜ਼ਰਾ ਪਾਣੀ 'ਚ ਡੁੱਬ ਕੇ ਮਰ ਗਿਆ ਸੀ, ਤਾਂ ਕਹਿੰਦੇ ਨੇ ਉਸ ਜੰਮ ਨੇ ਮਾਤਾ ਦੇ ਬੱਚੇ ਨੂੰ ਚੂਹਾ ਬਣਾ ਦਿੱਤਾ, ਤਾਂ ਮਾਤਾ ਜਮਰਾਜ ਤੋਂ ਗਈ ਅਤੇ ਕਿਹਾ ਕਿ ਮੇਰੇ ਬੱਚੇ ਨੂੰ ਜ਼ਿੰਦਾ ਕਰ ਦੇ। ਕਦੀ ਵੀ ਕੋਈ ਮਾਤਾ ਆਪਣੇ ਮਰੇ ਹੋਏ ਬੱਚੇ ਨੂੰ ਜ਼ਿੰਦਾ ਕਰਵਾਉਣ ਨਹੀਂ ਆਉਂਦੀ, ਪਰ ਮੈਂ ਤੁਹਾਡੇ ਤੋਂ ਆਈ ਹਾਂ। ਅਤੇ ਉਸ ਤੋਂ ਬਾਅਦ ਹੀ ਹੁਣ ਤੱਕ ਚੂਹਿਆਂ ਦੀ ਗਿਣਤੀ 25,000 ਹੋ ਗਈ ਹੈ, ਅਤੇ ਇਹ ਸਾਰੇ ਹੀ ਚੂਹੇ ਮਾਤਾ ਦੇ ਬੱਚੇ ਨੇ। ਤੁਸੀਂ ਦੇਖ ਸਕਦੇ ਹੋ ਵੀ ਆ ਜਿੱਥੇ ਮੇਨ ਜਗ੍ਹਾ ਵਾ ਮਾਤਾ ਦੀ, ਉੱਥੇ ਵੀ ਚੂਹੇ ਪ੍ਰਸਾਦ ਖਾ ਰਹੇ ਆ। ਲੋਕ ਇਹਨਾਂ ਨੂੰ ਮੱਥਾ ਟੇਕਦੇ ਨੇ ਤੇ ਇਹਨਾਂ ਨੂੰ ਪ੍ਰਸਾਦ ਪਾਉਂਦੇ ਨੇ, ਤੇ ਇੱਥੇ ਜੂਠਾ ਪ੍ਰਸਾਦ ਵੀ ਖਾਂਦੇ ਨੇ। ਲੋਕਾਂ ਦੀ ਸ਼ਰਧਾ ਆ ਕਿ ਕਾਬੇ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਨੇ ਤੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਇਸ ਮੰਦਿਰ 'ਚ ਆਣ ਕੇ ਤੁਹਾਨੂੰ ਹਰ ਜਗ੍ਹਾ ਚੂਹੇ ਦਿਖਣ ਨੂੰ ਮਿਲਣਗੇ। ਕੋਈ ਵੀ ਜਗ੍ਹਾ ਇੱਦਾਂ ਦੀ ਨਹੀਂ ਹੋਵੇਗੀ ਜਿੱਥੇ ਚੂਹੇ ਨਹੀਂ ਆ।
ਨਾਲੇ ਤੁਹਾਨੂੰ ਦੱਸ ਦਈਏ ਵੀ ਇਸ ਜਗ੍ਹਾ ਦੀ ਇੱਕ ਹੋਰ ਵੀ ਹਿਸਟਰੀ ਦੱਸੀ ਜਾਂਦੀ ਆ ਕਿ ਇਸ ਸ਼ਹਿਰ ਤੇ ਤਕਰੀਬਨ 20-25,000 ਸੈਨਿਕਾਂ ਨੇ ਹਮਲਾ ਕਰ ਦਿੱਤਾ ਸੀ ਤੇ ਮਾਤਾ ਨੇ ਸ਼ਕਤੀ ਮਾਰ ਕੇ ਉਹਨਾਂ ਨੂੰ ਚੂਹੇ ਬਣਾ ਦਿੱਤਾ ਸੀ। ਸੋ ਇਹ ਵੀ ਇੱਕ ਹਿਸਟਰੀ ਆ ਜੋ ਲੋਕ ਦੱਸਦੇ ਨੇ, ਬਾਕੀ ਸੱਚ ਕੀ ਆ ਇਹ ਤਾਂ ਰੱਬ ਹੀ ਜਾਣਦਾ ਏ। ਪਰ ਯਾਰੋ ਇੱਥੇ ਚੂਹਿਆਂ ਦੇ ਪੂਰੇ ਨਜ਼ਾਰੇ ਨੇ, ਆਜ਼ਾਦੀ ਨਾਲ ਖੇਡਦੇ ਨੇ, ਖਾਂਦੇ ਨੇ, ਪੀਂਦੇ ਨੇ। ਤੇ ਖਾਸ ਗੱਲ ਤੁਹਾਨੂੰ ਦੱਸ ਦਈਏ ਵੀ ਇੱਥੇ ਜਦੋਂ ਵੀ ਕੋਈ ਚੂਹਾ ਮਰ ਜਾਂਦਾ ਏ ਤਾਂ ਉਸਨੂੰ ਸ਼ਮਸ਼ਾਨ ਘਾਟ ਵਿੱਚ ਲਿਜਾ ਕੇ ਦਫਨਾਇਆ ਜਾਂਦਾ ਏ ਤੇ ਇੱਥੇ ਕਦੇ ਵੀ ਚੂਹਿਆਂ ਦੀ ਸਮੈਲ ਨਹੀਂ ਆਉਂਦੀ। ਕਈ ਵਾਰ ਚੂਹੇ ਮਰੇ ਵੀ ਹੁੰਦੇ ਨੇ ਪਰ ਕਦੇ ਵੀ ਚੂਹਿਆਂ ਦੀ ਸਮੈਲ ਨਹੀਂ ਆਈ। ਤੁਸੀਂ ਦੇਖਿਆ ਹੋਵੇਗਾ ਕਿ ਘਰਾਂ ਵਿੱਚ ਅਕਸਰ ਜਦੋਂ ਚੂਹਾ ਮਰ ਜਾਵੇ ਤਾਂ ਉਸਦੀ ਸਮੈਲ ਆਉਂਦੀ ਏ, ਪਰ ਇੱਥੇ ਕਦੇ ਵੀ ਚੂਹਿਆਂ ਦੀ ਸਮੈਲ ਨਹੀਂ ਆਈ, ਹਾਲਾਂਕਿ ਇੱਥੇ 25,000 ਚੂਹੇ ਨੇ। ਬਾਕੀ ਜਿਹੜਾ ਇੱਥੇ ਲੰਗਰ ਬਣਦਾ ਏ ਉਹ ਵੀ ਤੁਹਾਨੂੰ ਦੱਸ ਦਈਏ ਵੀ ਜ਼ਿਆਦਾਤਰ ਚੂਹਿਆਂ ਦਾ ਜੂਠਾ ਹੀ ਹੁੰਦਾ ਏ। ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀ ਆਟੇ ਦੀਆਂ ਬੋਰੀਆਂ ਤੇ ਹੋਰ ਵੀ ਦਾਲਾਂ ਦੀਆਂ ਬੋਰੀਆਂ ਪਈਆਂ ਹੋਈਆਂ ਨੇ ਜਿਨ੍ਹਾਂ ਨੂੰ ਚੂਹੇ ਖਾ ਰਹੇ ਨੇ। ਆ ਦੇਖੋ, ਤੁਹਾਨੂੰ ਜ਼ੂਮ ਕਰਕੇ ਦਿਖਾ ਦਿੱਤਾ ਏ। ਸੋ ਇਹੀ ਆਟਾ ਤੇ ਦਾਲਾਂ ਸਬਜ਼ੀਆਂ ਵਰਤੀਆਂ ਜਾਂਦੀਆਂ ਨੇ ਫਿਰ ਲੰਗਰ ਬਣਾਉਣ ਚ। ਯਾਰੋ ਇਸ ਮੰਦਰ ਚ ਕਹਿੰਦੇ ਨੇ ਜਿਹਨੂੰ ਚਿੱਟੇ ਰੰਗ ਦਾ ਚੂਹਾ ਲੱਭਦਾ ਏ ਉਹ ਲੱਕੀ ਇਨਸਾਨ ਹੁੰਦਾ ਏ। ਸਾਨੂੰ ਤਾਂ ਲੱਭਿਆ ਨਹੀਂ। ਕਿ ਤੁਸੀਂ ਕਦੀ ਇਸ ਮੰਦਰ ਗਏ ਹੋ, ਤੁਹਾਨੂੰ ਕਦੀ ਚਿੱਟਾ ਚੂਹਾ ਲੱਭਿਆ ਏ, ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਰਾਜਸਥਾਨ ਦੇ ਇਸ ਚੂਹਿਆਂ ਵਾਲੇ ਮੰਦਰ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਇਹ ਵੀਡੀਓ ਜ਼ਰੂਰ ਦਿਖਾਇਓ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ। ਇੱਥੇ ਛੋਟਾ ਹੈ ਜੀ ਵਿੱਚ ਪਾਉਣਾ। ਓਹੋ।